ਕਿ ਜਿਹੜਾ ਮੁਕਾਬਲਾ ਪੁਲਿਸ ਕਹਿ ਰਹੀ ਹੈ ਬਿਲਕੁਲ ਝੂਠਾ ਹੈ, ਕਿਉਂਕਿ ਨੇੜੇ ਉਹ ਗੋਲੀ ਮਾਰੀ ਗਈ ਹੈ, 15 ਸਾਲ ਦੇ ਬੱਚੇ ਹੈ। ਜਿਹੜਾ ਤੁਸੀਂ ਕਹਿ ਰਹੇ ਹਥਿਆਰ ਅਸੀਂ 270 ਗੋਲੀਆਂ ਚਲਾਈਆਂ, ਉਹਦੀ ਇੱਕ ਵੀ ਖਾਲੀ ਖੋਲ ਨਹੀਂ ਇਹਨਾਂ ਨੇ ਇਕੱਠਾ ਕੀਤਾ, ਕੁਛ ਦੱਸਿਆ ਨਹੀਂ ਕਿੰਨੀਆਂ ਗੋਲੀਆਂ ਪੁਲਿਸ ਸਟੇਸ਼ਨ ਤੋਂ ਲਈਆਂ, ਕਿੰਨੀਆਂ ਗੋਲੀਆਂ ਚੱਲੀਆਂ, ਕੋਈ ਉਹਦਾ ਸਾਈਟ ਪਲੈਨ ਨਹੀਂ ਬਣਾਇਆ, ਕੋਈ ਫੋਟੋ ਨਹੀਂ ਖਿੱਚੀ, ਪਰਿਵਾਰ ਨੂੰ ਲਾਸ਼ ਦਿਖਾਈ ਤੱਕ ਨਹੀਂ। ਅਤੇ ਤਾਂ ਹੋਲੀ ਖੇਲ ਰਹੇ ਸੀ ਖੂਨ ਦੀ, ਜਿੱਦਾਂ ਆਪਾਂ ਕਹਿੰਦੇ ਮੁਗਲ ਨੇ ਸਿਰਾਂ 'ਤੇ ਰੱਖਿਓ ਸੀ, ਇਹ ਪ੍ਰਮੋਸ਼ਨਾਂ ਲੈ ਰਹੇ ਸੀ, ਪ੍ਰਮੋਸ਼ਨਾਂ ਲੈ ਰਹੇ ਸੀ। ਅਤੇ ਜਿਹੜਾ ਉਹਨੂੰ ਹਰਪਾਲ ਸਿੰਘ ਨੂੰ 4 ਦਿਨ ਬਿਆਸ ਥਾਣੇ 'ਚ ਵੀ ਰੱਖਿਆ ਸੀ, ਉਹਨੂੰ ਕਿਸ ਕੇਸ 'ਚ ਫੜਿਆ ਗਿਆ? ਕੋਈ ਇਹੋ ਜਿਹਾ ਰਿਕਾਰਡ ਨਹੀਂ ਆਇਆ ਕਿ ਉਹਨੂੰ ਕਿਸੇ ਕੇਸ 'ਚ ਫੜਿਆ ਗਿਆ। ਅਕਸਰ ਇਹ ਕਿਹਾ ਜਾਂਦਾ ਕਿ ਬਹੁਤਾ ਜਿਹੜਾ ਖਾੜਕੂਵਾਦ ਪੈਦਾ ਕੀਤਾ ਪੁਲਿਸ ਵਾਲਿਆਂ ਨੇ ਕੀਤਾ, ਇਹਦਾ ਮਤਲਬ ਜਿਹੜਾ ਜ਼ੁਲਮ ਕਰਵਾਇਆ ਇਹ ਸਰਕਾਰਾਂ ਨੇ ਆਪ ਹੀ ਕਰਵਾਇਆ, ਅਫਸਰਾਂ ਦੇ ਥਰੂ ਕਰਵਾਇਆ। ਪੁਲਿਸ ਅਫਸਰ ਜਿਹੜੇ ਹੈਗੇ ਆ ਉਹਨਾਂ ਦੀ ਜਾਂਚ ਨਹੀਂ ਹੋਣੀ ਚਾਹੀਦੀ ਜਾਇਦਾਦ ਦੀ, ਤਾਂ ਕਿ ਪਤਾ ਲੱਗੇ ਵੀ ਇਹਨਾਂ ਨੇ ਮੁੰਡੇ ਮਾਰ ਕੇ ਆਪਦੀ ਜਾਇਦਾਦ ਬਣਾਈ ਹੈ? ਤੁਹਾਡੀ ਨਜ਼ਰ 'ਚ ਕਿੰਨੇ ਕੁ ਮੁੰਡਿਆਂ ਨੂੰ ਇਹਨਾਂ ਨੇ ਮੁਕਾਬਲਿਆਂ 'ਚ ਮਾਰਿਆ ਹੋਣਾ? 40 ਤੋਂ 50 ਹਜ਼ਾਰ ਮੁੰਡਿਆਂ ਨੂੰ ਮਾਰਿਆ ਗਿਆ ਇਸ ਦੌਰਾਨ, 40 ਤੋਂ 50 ਹਜ਼ਾਰ ਮੁੰਡਿਆਂ ਨੂੰ ਮਾਰਿਆ ਗਿਆ ਇਸ ਦੌਰਾਨ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪੱਲਾ ਦਾ ਨੌਜਵਾਨ ਜਿਹਦੀ ਉਮਰ ਕੇਵਲ 15 ਸਾਲ ਸੀ, ਹਰਪਾਲ ਸਿੰਘ ਨੂੰ 27 ਸਾਲ ਪਹਿਲਾਂ ਪੁਲਿਸ ਨੇ ਝੂਠੇ ਮੁਕਾਬਲੇ ਵਿੱਚ ਖਤਮ ਕੀਤਾ ਸੀ। ਉਸ ਕੇਸ ਦੀ ਪੈਰਵਾਈ ਲਗਾਤਾਰ ਐਡਵੋਕੇਟ RS ਬੈਂਸ ਨੇ ਕੀਤੀ, ਔਰ ਇਹਨਾਂ ਦੀ ਹਿੰਮਤ ਸਦਕਾ ਅਤੇ ਮਿਹਨਤ ਸਦਕਾ ਦੋਸ਼ੀ ਪੁਲਿਸ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ 2 ਨੂੰ। ਇਹਦੇ ਬਾਰੇ ਪੁੱਛਦੇ ਹਾਂ ਕੀ ਸਾਰਾ ਮਾਮਲਾ ਸੀ। ਬੈਂਸ ਸਾਹਿਬ ਦੱਸੋ ਕੀ ਮਾਮਲਾ ਸੀ, ਮੁੰਡੇ ਨੂੰ ਕਿੰਨਾ ਹਾਲਤਾਂ 'ਚ ਚੱਕਿਆ ਗਿਆ ਸੀ? ਦੇਖੋ 91, 92, 93 ਸਭ ਤੋਂ ਜ਼ਿਆਦਾ ਮੁਕਾਬਲੇ ਹੋਏ ਆ, 90 ਸ਼ੁਰੂ ਹੋ ਗਏ ਸੀ ਅਤੇ ਖਤਮ ਤਾਂ ਹੋਇਆ ਜਦੋਂ ਜਸਵੰਤ ਸਿੰਘ ਖਾਲਰਾ ਦੀ ਸ਼ਹਾਦਤ ਹੋਈ। ਅਤੇ ਜਸਵੰਤ ਸਿੰਘ ਖਾਲਰਾ ਨੇ ਜਿਹੜੇ ਸਬੂਤ ਇਕੱਠੇ ਕੀਤੇ ਸੀ ਕਿ ਇਹ ਪੁਲਿਸ ਚੁੱਕ ਲੈਂਦੀ ਸੀ ਫਿਰ ਉਹਨਾਂ ਨੂੰ ਜਲਾ ਦਿੰਦੀ ਸੀ ਸਰੀਰ ਨੂੰ, ਉਹਦੀ ਲਿਸਟ ਵਿੱਚ ਇਹ ਪਰਿਵਾਰ ਦਾ ਨਾਮ ਵੀ ਸੀ, ਹਰਪਾਲ ਸਿੰਘ ਦਾ ਨਾਮ ਵੀ ਸੀ। ਅਤੇ ਅਲਟੀਮੇਟਲੀ ਜਦੋਂ ਜਸਵੰਤ ਸਿੰਘ ਖਾਲਰਾ ਜੀ ਦੀ ਇਨਕੁਆਇਰੀ ਕੀਤੀ CBI ਨੇ, ਸੁਪਰੀਮ ਕੋਰਟ ਨੇ ਆਰਡਰ ਕੀਤਾ, ਉਸ ਵੇਲੇ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜਿਹੜੀ ਇਨਕੁਆਇਰੀ ਜਸਵੰਤ ਸਿੰਘ ਖਾਲਰਾ ਕਰ ਰਿਹਾ ਸੀ ਉਹ 2000 ਲਾਸ਼ਾਂ ਦਾ ਮਾਮਲਾ, ਤਾਂ 2000 ਬੰਦੇ ਜਿਹੜੇ ਜਲਾਏ ਗਏ ਸੀ ਜਿਹਦਾ ਰਿਕਾਰਡ ਇਹਨਾਂ ਨੇ ਸੁਪਰੀਮ ਕੋਰਟ ਕੋਲ ਪੇਸ਼ ਕੀਤਾ ਸੀ, ਉਹਦੀ ਇਨਕੁਆਇਰੀ ਵੀ CBI ਕਰੇਗਾ। ਉਸੇ ਧਾਰਾ ਦੀ ਇੱਕ ਕੇਸ ਦਰਜ ਕੀਤਾ ਸੀ CBI ਨੇ, ਹਰਪਾਲ ਸਿੰਘ ਦੀ ਡਿਸਅਪੀਅਰੈਂਸ ਕਹਿ ਲਓ ਜਾਂ ਮਾਰ ਦਿੱਤਾ ਗਿਆ ਜਾਂ ਉਹਦੇ ਇਨਕਾਊਂਟਰ 'ਤੇ, ਉਹ ਕੇਸ ਦਰਜ ਤਾਂ ਬਹੁਤ 97 'ਚ ਹੋ ਗਿਆ ਸੀ, ਚਲਾਨ ਵੀ ਪੇਸ਼ ਹੋ ਗਿਆ ਸੀ 2001 ਦੇ ਵਿੱਚ, ਮਗਰ 16 ਸਾਲ ਸੁਪਰੀਮ ਕੋਰਟ 'ਚ ਇਹ ਮਾਮਲਾ ਬੰਦ ਰਿਹਾ। ਸੁਪਰੀਮ ਕੋਰਟ ਨੇ ਪੁਲਿਸ ਅਫਸਰਾਂ ਦੇ ਪਟੀਸ਼ਨ 'ਤੇ ਸਾਰੇ ਟ੍ਰਾਇਲ ਰੋਕਤੇ ਸੀ ਕਿ ਸੈਂਕਸ਼ਨ ਇਹਨਾਂ ਨੂੰ ਮਿਲੀ ਨਹੀਂ, ਪੰਜਾਬ ਗੌਰਮੈਂਟ ਦੀ ਮਿਲੀ ਹੈ, ਮਿਲਣੀ ਚਾਹੀਦੀ ਸੀ ਸੈਂਟਰਲ ਗੌਰਮੈਂਟ। ਉਸ ਛੋਟੇ ਨੁਕਤੇ ਨੂੰ ਲੈ ਕੇ 16 ਸਾਲ ਹਰ ਚੀਜ਼ ਬੰਦ ਰਹੀ, 16 ਸਾਲ 'ਚ ਗਵਾਹ ਮਰ ਗਏ, 16 ਸਾਲ 'ਚ ਲੋਕ ਭੁੱਲ ਗਏ, 16 ਸਾਲ 'ਚ ਪੁਲਿਸ ਅਫਸਰ ਰਿਟਾਇਰ ਹੋ ਗਏ, ਮਗਰ 2016 'ਚ ਫਾਈਨਲੀ ਸੁਪਰੀਮ ਕੋਰਟ ਨੇ ਕਿਹਾ ਕਿ ਕੇਸ ਚੱਲਣਗੇ। ਉਸ ਤੋਂ ਬਾਅਦ ਇਹਨਾਂ ਨੇ ਫਿਰ ਝੂਠ ਬੋਲ ਕੇ ਹਾਈ ਕੋਰਟ ਤੋਂ ਸਟੇਅ ਲੈ ਲਿਆ, ਹਾਈ ਕੋਰਟ ਨੇ 1.5 ਸਾਲ ਬਾਅਦ ਸੁਣਵਾਈ ਕੀਤੀ, ਫਿਰ ਇਹਨਾਂ ਦੀ ਪਟੀਸ਼ਨ ਡਿਸਮਿਸ ਕੀਤੀ ਹੈ, ਫਿਰ ਕਿਸੇ ਮੁਕੱਦਮਾ ਸ਼ੁਰੂ ਹੋਏ। ਤਾਂ 2018 ਦੇ ਵਿੱਚ ਅਕਸਰ ਇਹਦੇ ਜ਼ਿਆਦਾ ਗਵਾਹੀਆਂ ਹੋਈਆਂ, ਕੁਛ ਗਵਾਹੀਆਂ 2004 ਦੀਆਂ ਹੋਈਆਂ, ਅਤੇ ਉਹਦੇ ਵਿੱਚ ਫਾਈਨਲੀ ਹਾਲਾਂਕਿ ਗਵਾਹਾਂ ਨੇ ਕਿ ਕੋਈ ਖਾਸ ਗਵਾਹੀ ਨਹੀਂ ਦਿੱਤੀ, ਮਗਰ ਜਿਹੜਾ ਇਨਕਾਊਂਟਰ ਦਾ ਰਿਕਾਰਡ ਪੁਲਿਸ ਨੇ ਪੇਸ਼ ਕੀਤਾ, CBI ਨੇ ਇਕੱਠਾ ਕੀਤਾ ਸੀ, ਜਿਹੜੀਆਂ ਪੋਸਟਮਾਰਟਮ ਰਿਪੋਰਟ ਸੀ ਉਹਨਾਂ ਤੋਂ ਸਾਫ਼ ਹੀ ਲੱਗਦਾ ਸੀ ਕਿ ਜਿਹੜਾ ਮੁਕਾਬਲਾ ਪੁਲਿਸ ਕਹਿ ਰਹੀ ਹੈ ਬਿਲਕੁਲ ਝੂਠਾ ਹੈ, ਕਿਉਂਕਿ ਨੇੜੇ ਉਹ ਗੋਲੀ ਮਾਰੀ ਗਈ ਹੈ, 15 ਸਾਲ ਦੇ ਬੱਚੇ ਹੈ। ਜਿਹੜਾ ਤੁਸੀਂ ਕਹਿ ਰਹੇ ਹਥਿਆਰ ਅਸੀਂ 270 ਗੋਲੀਆਂ ਚਲਾਈਆਂ, ਉਹਦੀ ਇੱਕ ਵੀ ਖਾਲੀ ਖੋਲ ਨਹੀਂ ਇਹਨਾਂ ਨੇ ਇਕੱਠਾ ਕੀਤਾ, ਕੁਛ ਦੱਸਿਆ ਨਹੀਂ ਕਿੰਨੀਆਂ ਗੋਲੀਆਂ ਪੁਲਿਸ ਸਟੇਸ਼ਨ ਤੋਂ ਲਈਆਂ, ਕਿੰਨੀਆਂ ਗੋਲੀਆਂ ਚੱਲੀਆਂ, ਕੋਈ ਉਹਦਾ ਸਾਈਟ ਪਲੈਨ ਨਹੀਂ ਬਣਾਇਆ, ਕੋਈ ਫੋਟੋ ਨਹੀਂ ਖਿੱਚੀ, ਪਰਿਵਾਰ ਨੂੰ ਲਾਸ਼ ਦਿਖਾਈ ਤੱਕ ਨਹੀਂ, ਕੋਈ ਸ਼ਨਾਖਤ ਨਹੀਂ ਹੋਈ। ਇਹ ਸਾਰੀ ਗੱਲਾਂ ਨੂੰ ਨਜ਼ਰ ਰੱਖਦੇ ਹੋਏ ਜੱਜ ਸਾਹਿਬ ਨੇ ਕਿਹਾ ਕਿ ਇਹ ਬਿਲਕੁਲ ਝੂਠਾ ਮੁਕਾਬਲਾ ਸੀ, ਔਰ ਐਸਾ ਝੂਠਾ ਮੁਕਾਬਲਾ ਜਿਹੜਾ
ਇਹਨਾਂ ਦੇ ਰਿਕਾਰਡ ਤੋਂ ਹੀ ਪਤਾ ਹੁੰਦਾ, ਇਹਦੇ ਲਈ ਕੋਈ ਹੋਰ ਸਬੂਤ ਦੀ ਲੋੜ ਵੀ ਨਹੀਂ ਹੈ। ਕੋਈ ਐਵੇਂ ਦਾ ਵੀ ਹੈ ਤੁਹਾਡੇ ਸਾਹਮਣੇ ਆਇਆ ਹੇਅਰਿੰਗ ਦੌਰਾਨ ਕਿ ਉਹ ਕਿਹੜੀ ਇੱਕ ਫੋਰਸ ਦਾ ਬੰਦਾ ਸੀ, ਮੁੰਡਾ ਸੀਗਾ, ਔਰ ਉਹਦੇ ਕੋਈ ਤਲਕ ਹੈਗੇ ਸੀ ਜਾਂ ਨਹੀਂ ਖਾੜਕੂਆਂ ਨਾਲ? ਇਹੋ ਜਿਹਾ ਕੋਈ ਸਬੂਤ ਉਹ ਪੇਸ਼ ਨਹੀਂ ਕਰ ਸਕੇ, ਕੋਈ ਵੀ ਸਬੂਤ ਨਹੀਂ ਪੇਸ਼ ਕਰ ਸਕਦੇ। ਬਾਹਲੇ ਕੇਸਾਂ ਵੀ ਤਾਂ ਪੁਲਿਸ ਕਹਿੰਦੀ ਸਾਨੂੰ ਪਤਾ ਹੀ ਨਹੀਂ ਸੀ, ਸਾਨੂੰ ਨਾ ਅਸੀਂ ਚੁੱਕਿਆ ਨਾ ਇਹਦੇ ਖਿਲਾਫ਼ ਕੋਈ ਕੇਸ ਸੀ, ਸਾਨੂੰ ਇਹਨਾਂ ਦੀ ਲੋੜ ਹੀ ਨਹੀਂ ਸੀ, ਕਿਉਂਕਿ ਉਹ ਇਹਨਾਂ ਲਈ ਬੜਾ ਸੌਖਾ ਹੋ ਜਾਂਦਾ ਹੈ। ਜੇ ਮੰਨ ਲੈਂਦੇ ਆ ਕਿ ਅਸੀਂ ਉਹਨੂੰ ਅਰੈਸਟ ਕੀਤਾ, ਫਿਰ ਇਹਨਾਂ ਨੂੰ ਸਾਬਤ ਕਰਨਾ ਪੈਂਦਾ ਕਿ ਫਿਰ ਕਿੱਥੇ ਚਲਾ ਗਿਆ। ਇਸ ਕਰਕੇ ਅਕਸਰ ਜੇ ਉਹ ਕਿਸੇ ਦੇ ਖਿਲਾਫ਼ ਕੇਸ ਹੋਣ ਤਾਂ ਵੀ ਨਹੀਂ ਮੰਨਦੇ। ਅਤੇ ਇਹ ਬੜੀ ਇੱਕ ਜ਼ੁਲਮ ਦੀ ਇੱਕ ਵੱਡੀ ਦਾਸਤਾਨ ਹੈ, ਇੱਕ 15 ਸਾਲ ਦਾ ਮੁੰਡਾ ਜਿਹਨੂੰ ਸਮਝਾ ਕੇ ਕਿਸੇ ਵੀ ਢੰਗ ਨਾਲ ਸਮਝਾਇਆ ਜਾ ਸਕਦਾ, ਔਰ ਉਹਦੀ ਪੜ੍ਹਾਈ ਦੇ ਦਿਨ ਸੀ, ਉਹਨੂੰ ਚੱਕ ਕੇ ਮਾਰਦਾ, ਫਿਰ ਪੁਲਿਸ ਵਾਲਿਆਂ ਦੀ ਕੀ ਮਾਨਸਿਕਤਾ ਸੀ ਛੋਟੇ ਛੋਟੇ ਬੱਚਿਆਂ ਨੂੰ ਮਾਰਨ ਦੀ ਉਸ ਵੇਲੇ ਦੀ? ਉਸ ਵੇਲੇ ਤਾਂ ਹੋਲੀ ਖੇਲ ਰਹੇ ਸੀ ਖੂਨ ਦੀ, ਜਿੱਦਾਂ ਆਪਾਂ ਕਹਿੰਦੇ ਮੁਗਲ ਨੇ ਸਿਰਾਂ 'ਤੇ ਰੱਖਿਓ ਸੀ, ਇਹ ਪ੍ਰਮੋਸ਼ਨਾਂ ਲੈ ਰਹੇ ਸੀ। ਹਰ ਪੁਲਿਸ ਵਾਲਾ ਅੱਗੇ ਵੱਧ ਵੱਧ ਕੇ ਬੱਚਿਆਂ ਨੂੰ ਚੁੱਕ ਚੁੱਕ ਕੇ ਮਾਰਦਾ ਸੀ, ਜਾਂ ਉਹਨਾਂ ਦੇ ਪੈਸੇ ਲੁੱਟਦਾ ਸੀ, ਜਾਂ ਮੰਗਦਾ ਸੀ 2 ਲੱਖ ਦੇ ਦਿਓ, 1 ਲੱਖ ਦੇ ਦਿਓ, ਇੱਦਾਂ ਇਹ ਲੁੱਟਬਾਜ਼ੀ ਚਲਾਈ ਹੋਈ ਸੀ। ਅਤੇ ਬਾਕੀ ਆਪਣੇ ਅਫਸਰਾਂ ਨੂੰ ਖੁਸ਼ ਕਰਨ ਲਈ ਅਤੇ ਪੰਜਾਬ ਸਰਕਾਰ ਸੈਂਟਰਲ ਗਵਰਨਮੈਂਟ ਨੂੰ ਖੁਸ਼ ਕਰਨ ਲਈ ਇਹੋ ਜਿਹੇ ਮੁਕਾਬਲੇ ਅੰਨੇਵਾਹ ਬਣਾ ਰਹੇ ਸੀ। ਕੁਛ ਹੋਣਗੇ ਖਾੜਕੂ, ਬਟ ਬਾਕੀ ਇੱਦਾਂ ਦੇ ਬੱਚਿਆਂ ਦੇ ਖਾੜਕੂ ਨਾਲ ਕੀ ਲੈਣਾ ਦੇਣਾ? 15 ਸਾਲ ਦੇ, 12 ਸਾਲ ਦੇ ਬੱਚੇ, ਤੁਸੀਂ ਸੋਚ ਸਕਦੇ ਹੋ ਕਿ 10-12 ਸਾਲ ਦਾ ਬੱਚਾ ਕ੍ਰਾਈਮ ਵੀ ਨਹੀਂ ਕਰ ਸਕਦਾ? ਕਾਨੂੰਨ ਅਕਸਰ ਕੋਰਟ ਮੰਨਦੀ ਨਹੀਂ, ਜੇ ਅਸੀਂ 12 ਸਾਲ ਦੇ ਬੰਦੇ ਨੂੰ ਕਹਿ ਦਿਓ ਜਾਂ ਬੱਚੇ ਨੂੰ ਕੋਰਟ ਦੇ ਅੱਗੇ ਲਿਆਓ ਤਾਂ ਕੋਰਟ ਛੱਡ ਦਿੰਦੀ ਹੈ ਕਿ ਇੰਨਾ ਛੋਟਾ ਬੱਚਾ ਕੋਈ ਅਪਰਾਧ ਹੀ ਨਹੀਂ ਕਰ ਸਕਦਾ। ਤੁਸੀਂ ਉਹਨੂੰ ਅਪਰਾਧ ਫੜਨ ਤੋਂ ਇਲਾਵਾ ਉਹਨੂੰ ਗੋਲੀ ਮਾਰ ਦਿਓ, ਚੁੱਕਿਓ ਫਿਰ ਦੱਸੋ ਤੱਕ ਨਹੀਂ, ਫਿਰ ਲਾਸ਼ ਨਾ ਦਿਓ। ਇਹ ਤਾਂ ਜਿਹੜਾ ਆਮ ਮਰਡਰ ਹੈ ਉਸ ਤੋਂ ਵੀ ਵੱਡਾ ਅਪਰਾਧ ਹੈ। ਇਹਨੂੰ ਸਪੈਸ਼ਲ ਜਦੋਂ ਕਮਿਊਨਿਟੀ 1992 ਦੇ 'ਚ ਹੋਈ ਸੀ ਇੱਕ ਕਨਵੈਨਸ਼ਨ, ਜਿੱਥੇ ਕਿਹਾ ਸੀ ਕਿ ਜਿਹੜਾ ਇਹ ਅਪਰਾਧ ਹੈ, ਜੋ ਤੁਸੀਂ ਕੋਈ ਸਰਕਾਰ ਜਾਂ ਸਰਕਾਰ ਦੀ ਏਜੰਸੀ ਜਾਂ ਸਰਕਾਰੀ ਲੋਕ ਜਾਂ ਪ੍ਰਾਈਵੇਟ ਗੈਂਗ ਸਰਕਾਰ ਦੇ ਕਹਿਣ 'ਤੇ ਕਿਸੇ ਬੰਦੇ ਨੂੰ ਚੁੱਕ ਕੇ ਉਹ ਦੱਸਦੇ ਵੀ ਨਹੀਂ ਕਿੱਥੇ ਗਿਆ, ਇਹਨੂੰ ਉਹ ਇਨਫੋਰਸ ਡਿਸਪਲਿਨ ਜ਼ਬਰਦਸਤੀ ਕਿਸੇ ਨੂੰ ਗਾਇਬ ਕਰ ਦੇਣਾ, ਔਰ ਇਹ ਮਰਡਰ ਤੋਂ ਵੱਡਾ ਮਾਮਲਾ ਹੈ, ਕਿਉਂਕਿ ਸਾਰਾ ਪਰਿਵਾਰ ਲੱਭਦਾ ਰਹਿ ਜਾਂਦਾ, ਉਹਨਾਂ ਨੂੰ ਇਹ ਵੀ ਨਹੀਂ ਪਤਾ ਚੱਲਦਾ ਕਿ ਬੰਦਾ ਜ਼ਿੰਦਾ ਹੈ ਜਾਂ ਬੰਦਾ ਮਰ ਗਿਆ। ਸੋ ਇਹ ਜਿਹੜਾ ਅਪਰਾਧ ਹੈ, ਇਹ ਤਾਂ ਜਿਹੜਾ ਕਤਲ ਹੈ ਉਸ ਤੋਂ ਵੀ ਕਿਤੇ ਜ਼ਿਆਦਾ, ਇਹ ਮੁਗਲਾਂ ਤੋਂ ਵੱਡਾ ਅਪਰਾਧ ਹੈ। ਕੋਈ ਘੱਟੋ ਘੱਟ ਉਹ ਸਿਰ ਤੁਹਾਨੂੰ ਦੇ ਦਿੰਦੇ ਸੀ, ਦਿਖਾ ਦਿੰਦੇ ਸੀ ਤਾਂ ਮੁਆਵਜ਼ਾ ਲੈਂਦੇ ਹੁੰਦੇ ਸੀ, ਇੱਥੇ ਤਾਂ ਇਹਨਾਂ ਨੇ ਸਿਰ ਵੀ ਗੈਪ ਕਰਤੇ। ਅਤੇ ਜਿਹੜਾ ਉਹਨੂੰ ਹਰਪਾਲ ਸਿੰਘ ਨੂੰ 4 ਦਿਨ ਬਿਆਸ ਥਾਣੇ 'ਚ ਵੀ ਰੱਖਿਆ ਸੀ, ਉਹਨੂੰ ਕਿਸ ਕੇਸ 'ਚ ਫੜਿਆ ਗਿਆ, ਤੁਹਾਡੇ ਕੋਈ ਨੌਲੇਜ 'ਚ? ਕੋਈ ਇਹੋ ਜਿਹਾ ਰਿਕਾਰਡ ਨਹੀਂ ਆਇਆ ਕਿ ਉਹਨੂੰ ਕਿਸੇ ਕੇਸ 'ਚ ਫੜਿਆ ਗਿਆ, ਕਿਉਂਕਿ ਇੱਕ ਦੂਜੇ ਕੇਸਾਂ 'ਚ ਗਵਾਹੀਆਂ ਜਿਹੜੀਆਂ ਆ ਰਹੀਆਂ ਉਹ ਇਹ ਸੀ ਕਿ ਜੀ ਅਸੀਂ ਰੇਡ ਕਰਦੇ ਹੁੰਦੇ ਸੀ, ਜਿਹਨਾਂ ਨੂੰ ਸ਼ੱਕ ਪੈਂਦਾ ਸੀ ਚੁੱਕ ਕੇ ਲਿਆਉਂਦੇ ਸੀ, ਅਤੇ ਫਿਰ ਲੋਕ ਪਿੰਡ ਵਾਲੇ ਆਉਂਦੇ ਸੀ ਤਾਂ ਅਸੀਂ ਛੱਡ ਦਿੰਦੇ ਸੀ। ਇਹ ਵੀ ਨਹੀਂ ਕਹਿ ਰਹੇ ਕਿ ਅਸੀਂ ਅਰੈਸਟ ਕਰਦੇ ਸੀ ਕਿਸੇ ਕੇਸ ਵਿੱਚ, ਜਾਂ ਅਸੀਂ ਉਹਦੀ ਕੋਈ ਕਾਗਜ਼ੀ ਕਾਰਵਾਈ ਕਰਦੇ ਸੀ, ਇਹ ਸਿੰਪਲੀ ਚੁੱਕ ਲਿਆਉਂਦੇ, ਸਭ ਨੂੰ ਪਤਾ ਆਮ ਹੀ ਚੁੱਕਦੇ ਹੁੰਦੇ ਸੀ, ਔਰ ਜਿਹਨੂੰ ਦਿਲ ਕਰਦਾ ਮਾਰ ਦਿੰਦੇ ਸੀ। ਇਹੀ ਤਾਂ ਧੱਕੇਸ਼ਾਹੀ ਸੀ ਜਿਹਦੇ ਕਰਕੇ ਸਾਰਾ ਪੰਜਾਬ ਨੂੰ ਇੰਨੀ ਹਾਲੇ ਤੱਕ ਵੀ ਦੁੱਖ ਹੈ। ਬੈਂਸ ਸਾਹਿਬ, ਜਿਹੜਾ ਅਕਸਰ ਇਹ ਕਿਹਾ ਜਾਂਦਾ ਕਿ ਬਹੁਤਾ ਜਿਹੜਾ ਖਾੜਕੂਵਾਦ ਪੈਦਾ ਕੀਤਾ ਪੁਲਿਸ ਵਾਲਿਆਂ ਨੇ ਕੀਤਾ, ਉਹ ਨਜਾਇਜ਼ ਮੁੰਡਿਆਂ ਨੂੰ ਚੁੱਕਦੇ ਸੀ, ਕੁੱਟਦੇ ਸੀ, ਟੋਰਚਰ ਕਰਦੇ ਸੀ, ਪੁਲਿਸ ਮੁਕਾਬਲੇ ਬਣਾਉਂਦੇ ਸੀ, ਪੁਲਿਸ ਤੋਂ ਡਰਦੇ ਨੌਜਵਾਨ ਭਗੌੜੇ ਹੋ ਜਾਂਦੇ ਸੀ, ਇਹਦਾ ਕੋਈ ਜਾਂਚ ਨਹੀਂ ਹੋਈ ਇਸ ਮਾਮਲੇ ਦੀ? ਕੋਈ ਕਮਿਸ਼ਨ ਬਣਾ ਕੇ ਇਸ ਮਾਮਲੇ ਦੀ ਜਾਂਚ ਵੀ ਹੋਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਇਤਿਹਾਸ ਦੇ ਵਿੱਚ ਅਜਿਹੇ ਮਾੜੇ ਭਾਣੇ ਨਾ ਵਾਪਰਨ। ਇਹਦੇ ਬਾਰੇ ਕੀ ਕਹੋਗੇ? ਅਸੀਂ ਤਾਂ ਐਕਚੁਲੀ 1995 ਤੋਂ ਜਸਵੰਤ ਸਿੰਘ ਖਾਲਰਾ ਨੇ ਵੀ ਇਹੀ ਮੰਗਦਾ ਸੀ ਕਿ ਇਨਕੁਆਇਰੀ ਕਰੋ। 96-97 'ਚ ਅਸੀਂ ਪੀਪਲਸ ਕਮਿਸ਼ਨ ਕੀਤਾ, ਉਦੋਂ ਵੀ ਇਹੀ ਮੰਗ ਸੀ ਬਾਦਲ ਸਾਹਿਬ ਤੋਂ ਕਿ ਤੁਸੀਂ ਆਇਓ, ਸਿੱਖਾਂ ਦੇ ਨਾਅਰੇ 'ਤੇ ਆਇਓ, ਸਿੱਖਾਂ ਦੇ ਜ਼ੁਲਮ ਦਾ ਨਾਅਰਾ ਲਾ ਕੇ ਆਇਓ, ਹੁਣ ਤੁਸੀਂ ਇਨਕੁਆਇਰੀ ਕਮਿਸ਼ਨ ਬਣਾਓ। ਪਰ ਸਾਰੀਆਂ ਸਰਕਾਰਾਂ ਭੱਜਦੀਆਂ, ਇਹਦਾ ਮਤਲਬ ਜਿਹੜਾ ਜ਼ੁਲਮ ਕਰਵਾਇਆ ਇਹ ਸਰਕਾਰਾਂ ਨੇ ਆਪ ਹੀ ਕਰਵਾਇਆ, ਅਫਸਰਾਂ ਦੇ ਥਰੂ ਕਰਵਾਇਆ। ਜੋ ਤੁਸੀਂ ਕਤਲ ਕਰਵਾਉਂਦੇ ਹੋ, ਦੂਜਾ ਅਫਸਰ 10 ਕਤਲ ਕਰਦਾ, ਆਪਣੀ ਮਰਜ਼ੀ ਨਾਲ ਵੀ ਕਤਲ ਕਰ ਦਿੰਦਾ। ਤਾਂ ਬੇਸਿਕਲੀ ਸਭ ਤੋਂ ਵੱਡੀ ਰਿਸਪੋਂਸਿਬਿਲਟੀ ਤਾਂ ਮੌਕੇ ਦੀ ਸਰਕਾਰਾਂ ਦੀ ਹੈਗੀ ਹੈ, ਚਾਹੇ ਬਿਆਨ ਸਿੰਘ ਦੀ ਸਰਕਾਰ ਸੀ, ਚਾਹੇ ਗਵਰਨਰ ਸੀ, ਚਾਹੇ ਕੋਈ ਹੋਰ ਸਰਕਾਰ ਸੀ। ਤਾਂ ਇਸੇ ਕਰਕੇ ਚਾਹੇ 26 ਸਾਲ ਬੀਤ ਜਾਣ, ਇਹ ਚੀਜ਼ਾਂ ਕਦੀ ਭੁੱਲਣੀਆਂ ਨਹੀਂ ਚਾਹੀਦੀਆਂ।
ਇਸੇ ਕਰਕੇ ਮਰਦੇ ਦਮ ਤੱਕ ਤੁਹਾਨੂੰ ਮੁਕੱਦਮੇ ਚਲਾ ਕੇ ਸਜ਼ਾਵਾਂ ਦੇਣੀਆਂ ਚਾਹੀਦੀਆਂ ਔਰ ਉਹਨਾਂ ਪਰਿਵਾਰ ਨੂੰ, ਉਹਨਾਂ ਪਰਿਵਾਰ ਦੇ ਬੱਚਿਆਂ ਨੂੰ, ਉਹਨਾਂ ਦੇ ਅਗਲੇ ਜਨਰੇਸ਼ਨਾਂ ਨੂੰ ਵੀ ਸਾਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ, ਤਾਂ ਕਿ ਅਸੀਂ ਯਾਦ ਰੱਖੀਏ ਕਿ ਇਹੋ ਜਿਹਾ ਦੁਬਾਰਾ ਭਾਣਾ ਨਾ ਹੋਵੇ। ਇਹ ਹਰਪਾਲ ਸਿੰਘ ਦੇ ਜਿਹੜੇ ਪਰਿਵਾਰ ਨੂੰ ਬੜੇ ਸਦਮੇ 'ਚੋਂ ਲੰਘਿਆ ਔਰ ਇਨਸਾਫ ਵੀ ਇੰਨੇ ਸਾਲ ਬਾਅਦ ਮਿਲਿਆ, ਕੋਈ ਮੁਆਵਜ਼ੇ ਦੀ ਵੀ ਤੁਸੀਂ ਕੇਸ ਦਾਇਰ ਕਰੋਗੇ? ਮੁਆਵਜ਼ਾ ਜਿਹੜਾ ਤਾਂ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ ਛੋਟਾ ਜਿਹਾ ਦਿੱਤਾ ਸੀ, 2.5 ਲੱਖ ਰੁਪਇਆ 15-20 ਸਾਲ ਬਾਅਦ, ਉਹ ਤਾਂ ਕੋਈ ਮੁਆਵਜ਼ਾ ਹੈ ਨਹੀਂ, ਕਿਉਂਕਿ ਜੇ ਤੁਸੀਂ 92 ਦੀ ਗੱਲ ਕਰੋ ਤਾਂ 10-15 ਹਜ਼ਾਰ ਬਣਦਾ ਹੈ ਹੁਣ, ਕਿਉਂਕਿ ਜਦੋਂ ਸਜ਼ਾ ਹੋ ਜਾਂਦੀ ਹੈ ਅਸੀਂ ਦੁਬਾਰਾ ਮੁਆਵਜ਼ੇ ਦੀ ਗੱਲ ਉਠਾ ਸਕਦੇ ਹਾਂ। ਮਗਰ ਪਰਿਵਾਰ ਹੁਣ ਬਹੁਤ ਥੱਕ ਚੁੱਕਾ, ਬਾਹਲੇ ਪਰਿਵਾਰ ਦੇ ਮੈਂਬਰ ਹੁਣ ਵਿਰੁੱਧ ਹੋ ਚੁੱਕੇ ਹੈ, ਤਾਂ ਅਸੀਂ ਕੋਸ਼ਿਸ਼ ਕਰਾਂਗੇ ਅੱਗੇ ਤੋਂ ਇਸ ਕੇਸ ਵਿੱਚ ਅਸੀਂ ਬਹਿਸ ਨਹੀਂ ਕਰ ਸਕੇ ਮੁਆਵਜ਼ਾ ਦੀ, ਬਟ ਕੋਰਟ ਸਿੱਧਾ ਸਜ਼ਾ ਦੇਣ ਵੇਲੇ ਮੁਆਵਜ਼ਾ ਦੇ ਸਕਦਾ, ਤੋ ਅਗਲੇ ਕੇਸਾਂ ਤੋਂ ਅਸੀਂ ਬਹਿਸ ਦੀ ਤਿਆਰੀ ਕੀਤੀ ਹੈ ਕਿ ਮੁਆਵਜ਼ਾ ਦੀ ਬਹਿਸ ਨਾਲ ਕੀਤੀ ਜਾਵੇ, ਪਹਿਲਾਂ ਸਜ਼ਾ ਕਰੋ ਅਤੇ ਨਾਲੇ ਪਰਿਵਾਰ ਨੂੰ ਤੁਸੀਂ ਮੁਆਵਜ਼ਾ ਦਿਓ, ਤਾਂ ਕਿ ਉਹਨੂੰ ਅਲੱਗ ਕੇਸ ਨਾ ਕਰਨਾ ਪਵੇ। MLA ਕਿੰਨੇ ਕੁ ਹੋਰ ਕੇਸ ਚੱਲ ਰਹੇ ਨੇ ਜਿਹੜੇ CBI ਨੇ ਜਾਂਚ ਕੀਤੀ ਔਰ ਲੰਮੇ ਸਮੇਂ ਤੋਂ ਲਟਕੇ ਹੋਏ ਨੇ ਔਰ ਨੇੜੇ ਨੇੜੇ ਉਹਨਾਂ ਦੀ ਸੁਣਵਾਈ ਵੀ ਹੋਣੀ ਹੈ, ਕਿੰਨੇ ਕੇਸ ਅਜੇ ਹੋਰ ਹੈਗੇ ਆ? ਇਹ ਟੋਟਲ 35 ਕੇਸ ਸੀ, ਉਹਨਾਂ 'ਚੋਂ 8 ਤੋਂ 10 ਕੇਸ ਤਾਂ ਹਾਲੇ ਹਾਈਕੋਰਟ ਨੇ ਸਟੇਅ ਕੀਤੇ ਹੋਏ, ਇਹ 25 ਕੇਸ ਚੱਲੇ ਸੀ, ਇਹਨਾਂ ਵਿੱਚੋਂ ਆਹ ਤੀਸਰਾ ਕੇਸ ਤਿਆਰ ਹੋਇਆ ਬਹਿਸ ਦੇ ਲਈ ਅਤੇ ਹਾਲੇ ਬਾਕੀ 20 ਕੇਸ ਹੋਲ ਪੈਂਡਿੰਗ ਹੈ। ਅਤੇ ਇਹ ਇਸ ਕੇਸ ਦੇ ਵਿੱਚ ਇਹ ਬੰਦੇ ਸੁਪਰੀਮ ਕੋਰਟ ਜਾਂ ਹਾਈਕੋਰਟ ਵੀ ਜਾ ਸਕਦੇ ਆ? ਪੱਕਾ ਜਿਹੜੇ ਬਿਲਕੁਲ ਜਾਣਗੇ, ਹਾਲੇ ਤਾਂ ਸ਼ੁਰੂ ਹੋਇਆ, ਫਿਰ ਹਾਈਕੋਰਟ ਅਪੀਲ ਕਰਨਗੇ, ਫਿਰ ਉਹ ਸੁਪਰੀਮ ਕੋਰਟ ਜਾਣਗੇ, ਤੋ ਹਾਲੇ ਵੀ ਬਹੁਤ ਲੰਬੀ ਲੜਾਈ ਹੈ। ਉਹ ਜਿਹੜੇ 2 ਪੁਲਿਸਾਂ ਨੂੰ ਸਜ਼ਾ ਹੋਈ ਹੈ, ਇੱਕ ਇੰਸਪੈਕਟਰ ਹੈ, ਇੱਕ ASI, ਉਹ ਅੰਦਰ ਨੇ ਹੁਣ? ਉਹਨਾਂ ਨੂੰ ਕਸਟਡੀ 'ਚ ਲੈ ਲੈਂਦੇ, ਜੋ ਸਜ਼ਾ ਸੁਣਾਉਂਦੇ ਨਾਲ ਦੇ ਨਾਲ ਕਸਟਡੀ ਲੈ ਲੈਂਦਾ, ਹੁਣ ਉਹ ਹਾਈਕੋਰਟ ਆ ਕੇ ਜਮਾਨਤ ਮੰਗਣਗੇ ਔਰ ਇਸੇ ਗਰਾਊਂਡ 'ਤੇ ਮੰਗਣਗੇ ਜੀ ਬਹੁਤ ਡਿਲੇ ਹੋ ਗਿਆ, 26 ਸਾਲ ਹੋ ਗਏ, ਹੁਣ ਸਾਨੂੰ ਕਿਉਂ ਸਾਨੂੰ ਫੜਿਆ ਜਾ ਰਿਹਾ? ਇੱਕ ਅਜਿਹੇ ਮਾਮਲੇ ਵੀ ਸਾਹਮਣੇ ਆਏ ਨੇ, ਪੁਲਿਸ ਵਾਲਿਆਂ ਨੇ ਨੋਟ ਕਮਾਉਣ ਲਈ ਜੇਬਾਂ ਭਰਨ ਲਈ ਮੁੰਡੇ ਮਾਰੇ ਔਰ ਜਾਂ ਮੁੰਡਿਆਂ ਨੂੰ ਫੜ ਲੈਂਦੇ ਸੀ, 2 ਲੱਖ ਲੈ ਲਿਆ, 4 ਲੱਖ ਲੈ ਲਿਆ, ਛੱਡਤੇ। ਪੁਲਿਸ ਅਫਸਰ ਜਿਹੜੇ ਹੈਗੇ ਉਹਨਾਂ ਦੀ ਜਾਂਚ ਨਹੀਂ ਹੋਣੀ ਚਾਹੀਦੀ ਜਾਇਦਾਦ ਦੀ, ਤਾਂ ਕਿ ਪਤਾ ਲੱਗੇ ਵੀ ਇਹਨਾਂ ਨੇ ਮੁੰਡੇ ਮਾਰ ਕੇ ਆਪਦੀ ਜਾਇਦਾਦ ਬਣਾਈ ਹੈ? ਦੇਖੋ, ਕੋਰਟ ਤਾਂ ਇਹ ਜਾਂਚ ਨਹੀਂ ਕਰੇਗੀ, ਇਹ ਜਾਂਚ ਦਾ ਕੰਮ ਤਾਂ ਹੋਮ ਡਿਪਾਰਟਮੈਂਟ ਦਾ ਹੈ, ਸਰਕਾਰ ਦਾ ਹੈ, ਪੰਜਾਬ ਸਰਕਾਰ, ਜਿੱਥੇ ਪੰਜਾਬ ਦੇ ਲੋਕ ਲੁੱਟੇ ਗਏ ਹੈ, ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਪੁਲਿਸ ਵਾਲਿਆਂ ਕੋਲ, ਤੁਸੀਂ ਦੇਖਿਆ ਹੋਣਾ ਛੋਟੇ ਛੋਟੇ ਕਾਂਸਟੇਬਲ ਕੋਲ ਵੱਡੀਆਂ ਵੱਡੀਆਂ ਕੋਠੀਆਂ ਆ ਗਈਆਂ, ਸਭ ਦੇ ਬੱਚੇ ਬਾਹਰ ਚਲੇ ਗਏ, ਸਭ ਕੋਲ ਕਾਰਾਂ ਆ ਗਈਆਂ, ਸਾਰੇ ਦੁਨੀਆ ਨੂੰ ਦੇਖ ਰਿਹਾ ਕਿ ਉਹਨਾਂ ਨੇ ਪੂਰੀ ਲੁੱਟਿਆ ਪੰਜਾਬ ਨੂੰ ਔਰ ਉਸੀ ਪੈਸੇ ਨਾਲ ਆਪਣੇ ਬੱਚਿਆਂ ਨੂੰ ਬਾਹਰ ਭੇਜਿਆ। ਹਰ ਪੁਲਿਸ ਵਾਲੇ ਦੇ ਬੱਚੇ ਹੁਣ ਕੈਨੇਡਾ ਤੁਰੇ ਫਿਰਦੇ ਨੇ ਔਰ ਆਪਣਾ ਸ਼ਕਲ ਲੁਕਾਉਂਦੇ ਫਿਰਦੇ ਨੇ ਤਾਂ ਕਿ ਪਤਾ ਨਾ ਚੱਲ ਜਾਏ, ਤੋ ਉਹ ਜਿਹੜੇ 1 ਕਰੋੜ 2 ਕਰੋੜ 3 ਕਰੋੜ 5 ਕਰੋੜ ਉਹਨਾਂ ਨੇ ਖਰਚਿਆ, ਉਹ ਕਿੱਥੋਂ ਆਇਆ? ਬਿਲਕੁਲ ਇੱਦਾਂ ਦੇ ਪਾਪ ਤੋਂ ਆਇਆ। ਅਤੇ ਬਹੁਤ ਸਾਰੀ ਜਿਹੜੀ ਜਾਇਦਾਦ ਬਣਾਉਣ ਵਾਲਾ ਇੱਕ ਸੁਰਜੀਤ ਸਿੰਘ ਗਰੇਵਾਲਾ ਦਾ SSP, ਉਹ ਅੰਦਰ ਆ, ਉਹਨੇ 10 ਕਰੋੜ ਤੋਂ ਵੱਧ ਦੀ ਜਾਇਦਾਦ ਬਣਾਈ ਸੀ ਨਜਾਇਜ਼, ਇਹੋ ਜਿਹੇ ਹੋਰ ਵੀ ਤੁਹਾਡੇ ਸਾਹਮਣੇ ਕੇਸ ਆਏ ਹੋਣਗੇ? ਅਕਸਰ ਅਜੀਤ ਸਿੰਘ ਸੰਧੂ ਦੀ ਬੜੀ ਜਾਇਦਾਦ ਸੀ ਜਦੋਂ ਮਰਿਆ, ਹੁਣ ਪਤਾ ਨਹੀਂ ਜਾਇਦਾਦ ਕਿੱਥੇ ਚਲੇ ਗਈ। ਸਾਰੇ ਅਫਸਰ ਜਿਹੜੇ ਇੱਦਾਂ ਦੇ ਕਾਤਲ ਸੀ, ਅਕਸਰ ਉਹ ਲਾਲਚੀ ਔਰ ਘਟੀਆ ਕਿਸਮ ਦੇ ਬੰਦੇ ਵੀ ਸੀ ਔਰ ਉਹਨਾਂ ਨੇ ਅਕਸਰ ਲਾਲਚ ਵਿੱਚ ਇਹੋ ਜਿਹੇ ਅਪਰਾਧ ਕੀਤੇ ਹੈ। ਇਹ ਕੋਈ ਡਿਊਟੀ ਨਹੀਂ ਸੀ ਕਹਿ ਰਹੀ ਕਿ ਤੁਸੀਂ ਬੱਚਿਆਂ ਨੂੰ ਚੁੱਕ ਚੁੱਕ ਕੇ ਮਾਰੋ, ਡਿਊਟੀ ਤਾਂ ਸੀ ਕਿ ਬਹਾਦਰੀ ਨਾਲ ਚੰਗੇ ਖਾੜਕੂਆਂ ਦੇ ਮਗਰ ਲੱਗ ਕੇ ਉਹਨਾਂ ਨੂੰ ਪਕੜੋ, ਮਗਰ ਇਹਨਾਂ ਨੇ, ਉਹਨਾਂ ਤੋਂ ਡਰ ਜਾਂਦੇ ਸੀ, ਰਾਤ ਨੂੰ ਤਾਂ ਪੁਲਿਸ ਸਟੇਸ਼ਨ ਬੰਦ ਕਰ ਲੈਂਦੇ ਸੀ, ਤਾਂ ਆਮ ਲੋਕਾਂ ਨੂੰ ਮਾਰਨਾ ਸ਼ੁਰੂ ਕਰਤਾ ਕਿ ਔਰ ਅੱਗੇ ਦਿਖਾਈ ਜਾਂਦੇ ਕਿ ਅਸੀਂ ਬੜੀ ਵੱਡੀ ਲੜਾਈ ਲੜ ਰਹੇ ਹਾਂ ਔਰ ਉਹਦਾ ਕਿੱਡਾ ਵੱਡਾ ਕੀਮਤ ਦੇਸ਼ ਨੂੰ ਚੁਕਾਉਣੀ ਪੈ ਰਹੀ ਹੈ, ਕਿੰਨੀ ਵੱਡੀ ਕੀਮਤ ਪੰਜਾਬ ਨੂੰ ਚੁਕਾਉਣੀ ਪੈ ਰਹੀ ਹੈ ਹਾਲੇ ਤੱਕ ਵੀ। ਤੁਹਾਡੇ ਫਾਦਰ ਸਾਹਿਬ ਜਸਟਿਸ ਅਜੀਤ ਸਿੰਘ ਬੈਂਸ, ਉਹਨਾਂ ਨੇ ਕਈ ਮਾਮਲਿਆਂ ਦੀ, ਪੁਲਿਸ ਮੁਕਾਬਲਿਆਂ ਦੀ ਜਾਂਚ ਕੀਤੀ ਸੀ, ਪਹਿਲੀ ਲਿਸਟ ਵੀ ਉਹਨਾਂ ਨੇ ਜਾਰੀ ਕੀਤੀ ਸੀ ਤਰਨ ਤਾਰਨ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਜਿਹੜੇ 70 ਮੁੰਡੇ ਸਭ ਤੋਂ ਪਹਿਲਾਂ ਮੁਕਾਬਲੇ 'ਚ ਮਾਰੇ ਸੀ। ਤੁਹਾਡੀ ਨਜ਼ਰ 'ਚ ਕਿੰਨੇ ਕੁ ਮੁੰਡਿਆਂ ਨੂੰ ਇਹਨਾਂ ਨੇ ਮੁਕਾਬਲਿਆਂ 'ਚ ਮਾਰਿਆ ਹੋਣਾ, ਕੋਈ ਅੰਦਾਜ਼ਾ?
ਦੇਖੋ ਜਿਹੜੀਆਂ ਜਿਹੜਾ ਡਾਕੂਮੈਂਟ ਕ੍ਰੀਏਟ ਕੀਤੇ ਰਾਜ ਰਾਮ ਨਾਰਾਇਣ ਨੇ ਪਹਿਲੀ ਵਾਰੀ ਸਿਸਟਮੈਟਿਕਲੀ ਡਾਕੂਮੈਂਟੇਸ਼ਨ ਸ਼ੁਰੂ ਕੀਤੀ ਸੀ। 2700 ਬੰਦੇ ਤਾਂ ਉਸ ਵੇਲੇ ਅਸੀਂ ਕੰਟੈਕਟ ਕਰ ਸਕੇ ਸੀ 88 ਤੋਂ ਲੈ ਕੇ 95-96 ਤੱਕ, ਉਹ ਰਿਪੋਰਟ 97 'ਚ ਛਾਪੀ ਸੀ। ਉਸ ਤੋਂ ਬਾਅਦ ਇਨਸਾਫ ਇੰਟਰਨੈਸ਼ਨਲ USA ਦਾ ਛੋਟਾ ਜਿਹਾ ਗਰੁੱਪ ਹੈ, ਉਹਨਾਂ ਨੇ ਨਵੇਂ ਤਰੀਕੇ ਨਾਲ ਦੁਬਾਰਾ ਫਿਰ ਰਿਸਰਚ ਕੀਤੀ ਸੀ। ਅਲਟੀਮੇਟਲੀ ਉਹਨਾਂ ਦੇ ਹਿਸਾਬ ਨਾਲ ਕੋਈ 40,000 ਤੋਂ 50,000 ਮੁੰਡਿਆਂ ਨੂੰ ਮਾਰਿਆ ਗਿਆ ਇਸ ਦੌਰਾਨ, ਕਿਉਂਕਿ ਜਿਹੜੀ ਸਾਰੀ ਇਨਕੁਆਇਰੀ ਹੋਈ ਹੈ ਇਹ ਤਾਂ ਸਿਰਫ 2-3 ਡਿਸਟ੍ਰਿਕਟਾਂ ਦੀ ਹੋਈ ਹੈ। ਜਿਹੜਾ ਅਸੀਂ ਕੇਸ ਕੀਤਾ ਸੀ ਹਾਈ ਸੁਪਰੀਮ ਕੋਰਟ ਨੂੰ ਕਿ ਹੁਣ ਜੇ ਇਹੋ ਜਿਹੀ ਗੱਲ 2-3 ਡਿਸਟ੍ਰਿਕਟਾਂ 'ਚ ਹੋ ਸਕਦੀ ਹੈ ਕਿ ਲੋਕ ਚੁੱਕ ਕੇ ਜਲਾਏ ਜਾ ਸਕਦੇ ਆ ਮਾਰ ਕੇ ਔਰ ਦੱਸਿਆ ਵੀ ਨਹੀਂ ਜਾਂਦਾ ਪਰਿਵਾਰ ਨੂੰ, ਇਹ ਚੀਜ਼ ਬਾਕੀ ਡਿਸਟ੍ਰਿਕਟਾਂ ਵਿੱਚ ਹੋਈ ਹੋਣੀ ਹੈ, ਪੰਜਾਬ ਦੇ ਬਾਕੀ ਸ਼ਹਿਰਾਂ ਵਿੱਚ ਹੋਈ ਹੋਣੀ ਹੈ। ਫਿਰ ਅਸੀਂ ਇਹਦੀ ਹਾਲੇ ਤੱਕ ਇਨਕੁਆਇਰੀ ਨਹੀਂ ਕੀਤੀ ਕਿ ਜਿਹੜੀਆਂ ਨਹਿਰਾਂ ਵਿੱਚ ਦਰਿਆਵਾਂ ਵਿੱਚ ਕਿੰਨੀਆਂ ਲਾਸ਼ਾਂ ਗਈਆਂ, ਉਹਦੀ ਹਾਲੇ ਤੱਕ ਕੋਈ ਅਕਾਊਂਟਿੰਗ ਨਹੀਂ ਹੋਈ। ਤੋ ਜਦੋਂ ਇਹ ਹਾਲੇ ਤੱਕ ਵੀ ਜਿੰਨੀ ਕੁ ਅਸੀਂ ਰਿਸਰਚ ਕੀਤੀ ਹੈ, ਜਿੰਨਾ ਸਾਨੂੰ ਸਮਝ ਆਇਆ, ਘੱਟੋ ਘੱਟ 40,000 ਤੋਂ 50,000 ਮੁੰਡਿਆਂ ਨੂੰ ਚੁੱਕ ਕੇ ਮਾਰਿਆ, ਉਹਨਾਂ ਦੀ ਲਾਸ਼ਾਂ ਜਾਂ ਦਰਿਆਵਾਂ ਵਿੱਚ ਸਿੱਟੀਆਂ ਜਾਂ ਇਹਨਾਂ ਨੂੰ ਸਾੜਿਆ ਗਿਆ ਬਿਨਾਂ ਦੱਸੇ। ਠੀਕ ਹੈ, ਧੰਨਵਾਦ। ਇਹ ਸਨ ਮਨੁੱਖੀ ਅਧਿਕਾਰਾਂ ਦੇ ਰਖਵਾਲੇ ਵਕੀਲ RS ਵੈਂਸ, ਜਿਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਜੋ ਗਰਮ ਦੌਰ ਸੀਗਾ ਉਸ ਦੌਰਾਨ 40,000 ਤੋਂ ਵੱਧ ਮੁੰਡਿਆਂ ਨੂੰ ਪੁਲਿਸ ਨੇ ਝੂਠੇ ਮੁਕਾਬਲੇ ਵਿੱਚ ਮਾਰਿਆ, ਉਹਦੀ ਬਕਾਇਦਾ ਜਾਂਚ ਹੋਣੀ ਚਾਹੀਦੀ ਆ ਤਾਂ ਕਿ ਪੁਲਿਸ ਵਾਲਿਆਂ ਨੂੰ ਅੰਦਰ ਦਿੱਤਾ ਜਾ ਸਕੇ।